ਕਿਹੜਾ ਯਾਰ। ਹੈਲੋ। ਹਾਂ, ਵਧੀਆ, ਤੂੰ ਦੱਸ। ਉਹ ਨਹੀਂ ਯਾਰ, ਮੈਂ ਨਹੀਂ ਆ ਸਕਦਾ। ਉਹ ਤੂੰ ਛੱਡ ਮੂਵੀ ਨੂੰ ਯਾਰ, ਘੁੰਮਣ ਘਾਮਣ ਤਾਂ ਜਮੇ ਹੀ ਨਹੀਂ ਜਾਇਆ ਜਾਂਦਾ। ਤੈਨੂੰ ਪਤਾ ਤਾਂ ਹੈਗਾ ਕੰਮ ਕਿੰਨਾ ਟਾਇਟ ਹੈ। ਉਹ ਅੱਜ ਵੀ ਕਿੱਥੋਂ ਆ ਜਾ, ਅੱਜ ਤਾਂ ਬੇਬੇ ਬਿਮਾਰ ਹੋ ਗਈ ਪਈ ਆ, ਉਹ ਤਾਂ ਸਾਡਾ ਤਾਂ ਰੋਟੀ ਦਾ ਔਖਾ ਹੋਇਆ ਪਿਆ। ਨਾ ਬਾਪੂ ਹੈ ਯਾਰ ਘਰੇ, ਬਾਪੂ ਤਾਂ ਗਿਆ ਹੋਇਆ। ਉਹ ਨੈਣਾ ਦੇਵੀ ਗਿਆ, ਉਹ ਉਹਦੀ ਸੁੱਖ ਸੁੱਖੀ ਬੀਤੀ ਵੀ ਸਾਡਾ ਕੰਮ ਲੋਟ ਹੋ ਜੇ। ਉਹ ਤਾਂ ਵਿਚਾਰਾ ਮੱਥੇ ਟੇਕਦਾ ਹੀ ਫਿਰੀ ਜਾਂਦਾ ਮੇਰੇ ਪਿੱਛੇ। ਤੂੰ ਯਾਰ ਜਿੱਦ ਨਾ ਕਰ, ਦੇਖ ਛੱਡ ਖੇੜਾ ਤੂੰ ਮੂਵੀ ਮਾਵੀ ਦਾ, ਮੈਨੂੰ ਤਾਂ ਚੰਗੀ ਲੱਗਦੀ ਨਹੀਂ। ਹਲੇ ਮੋਟਰ 'ਤੇ ਜਾਣਾ, ਪਾਣੀ ਠੀਕ ਕਰਕੇ ਆਉਣਾ ਮੈਂ। ਚੰਗਾ ਜਾ ਯਾਰ, ਨਵੇਂ ਸਿਆਪਾ ਸਾਲਾ। ਇਹ ਜ਼ਿੰਦਗੀ ਵੀ ਕਹੀ ਜੀ ਹੈ, ਕਿਧਰੇ ਪਾਸੇ ਕੰਮ ਲੋਟ ਨਹੀਂ ਆਉਂਦਾ। ਉਹ ਯਾਰ ਜੀਰੀ 'ਚੋਂ ਕੱਖ ਪੱਟਣ ਵਾਲੇ ਹੋਏ ਪਏ ਨੇ, ਸਾਰੀਆਂ ਹੋ ਗਈਆਂ ਵੱਟਾਂ ਘੜਨ ਵਾਲੀਆਂ। ਨਾ ਦਿਹਾੜੀਆਂ ਰੱਖਣ ਜੋਗੀਆਂ, ਉਹ 600 ਮੰਗਦੇ ਨੇ। ਉਧਰੋਂ ਬਾਪੂ ਵੀ ਤੂੰ ਬਣਤਾ ਲੈਣ ਦੇ, ਕੁਛ ਕੰਮ ਕਰ, ਲੋਟ ਤਾਂ ਹੋ ਜੇ, ਫੇਰ ਸੁੱਖਾਂ ਲਾ ਲਈ। ਜਿਹੜੇ ਪੈਸੇ ਹੁੰਦੇ ਨੇ ਉੱਧਰ ਮੱਥਿਆਂ 'ਤੇ ਲਾ ਆਉਂਦਾ ਜਾ ਕੇ। ਉਹ ਮਸਾਂ ਟੱਕਰਿਆ, 4 ਦਿਨ ਹੋ ਗਏ ਗੇੜੇ ਮਾਰਦੇ ਨੂੰ ਘਰੇ ਯਾਰ ਤੁਹਾਡੇ। ਉਹ ਨਾ ਨਾ ਬਾਈ, ਘਰੇ ਹੀ ਹੁੰਦੇ ਯਾਰ, ਅਸੀਂ ਕਿੱਥੇ ਜਾਣਾ। ਉਹ ਲੈ, ਜਦ ਮੈਂ ਆਉਣਾ ਤੁਹਾਡੇ ਘਰੇ ਜਾਤਾ, ਤੇਰੀ ਬੇਬੇ ਕਹਿ ਦਿੰਦੀ ਆ ਪੁੱਤ ਹੈ ਨਹੀਂ ਘਰੇ, ਉਹ ਤਾਂ ਗਿਆ ਵੇ, ਉਹ ਤਾਂ 2 ਦਿਨ ਨਹੀਂ ਆਉਂਦਾ, 3 ਦਿਨ ਨਹੀਂ ਆਉਂਦਾ, ਇਹੋ ਜਿਹਾ ਕਿਹੜੇ ਟੂਰ ਤੇ ਰਹਿੰਦੇ ਜਾਂਦਾ ਤੂੰ? ਓਹੋ ਬਾਈ, ਉਹ ਮੈਂ ਤੈਨੂੰ ਦੱਸਣਾ ਭੁੱਲ ਗਿਆ, ਉਹ ਬੇਬੇ ਬਿਮਾਰ ਆ ਵੀਰ। ਉਹ ਤਾਂ ਮੋਟਰ ਤੇ ਵਗ ਜਾ, ਉਹਨੂੰ ਐਂ ਲੱਗੀ ਜਾਂਦਾ ਮੈਨੂੰ ਕਹੂਗੀ ਤੂੰ 2 ਦਿਨ ਬਾਅਦ ਆਇਆ ਜੇ ਮੈਂ 2 ਘੰਟੇ ਬਾਅਦ ਵੀ ਆਵਾਂ। ਉਹ ਮੈਨੂੰ ਪਤਾ ਕਿਉਂ ਲੱਗਦਾ ਉਹਨਾਂ ਨਾਲ ਐਵੇਂ, ਢਿੱਲੀ ਰਹਿੰਦੀ ਆ ਬਾਈ। ਉਹ ਥੋੜ੍ਹਾ ਜਿਹਾ ਦਵਾਈ ਦਵੂਈ ਖਾਣੀ ਤਾਂ ਡਾਕਟਰ ਨੇ ਤੇਜ਼ ਦੇਤੀ, ਉਹਨੂੰ ਤਾਂ ਯਾਰ ਐਂ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਰਦੀ ਕੀ ਆ। ਉਹ ਵਿਚਾਰੀ ਹੁਣ ਤੈਨੂੰ ਪਤਾ ਹੀ ਆ। ਉਹ ਯਾਰ ਕਿਉਂ ਝੂਠ ਬੋਲੀ ਜਾਂਦਾ, ਪੈਸੇ ਦੇਣ ਵੇਲੇ ਤੁਹਾਡੇ ਆਹ ਕੰਮ ਹੋ ਜਾਂਦੇ। ਉਹ ਨਾ ਨਾ ਵੀਰੇ, ਪੈਸੇ ਯਾਰ ਪੈਸੇ ਦਵਾਂਗੇ ਤੇਰੇ, ਪੈਸੇ ਨਾ ਚਿੰਤਾ ਕਰ, ਪੈਸੇ ਤਾਂ ਤੇਰੇ ਐਂ ਮੰਨ ਲੈ ਵੀ ਬੈਂਕ 'ਚ ਪਏ ਨੇ। ਉਹ ਕਦ ਦੇਗਾ, 6 ਮਹੀਨੇ ਲੰਘ ਗਏ ਯਾਰ, ਲੋਕਾਂ ਦੇ 6 ਮਹੀਨੇ ਹੋ ਗਏ ਪੈਸੇ ਦਿੱਤਿਆਂ ਨੂੰ, ਆ ਦੁਬਾਰੇ ਹਿਸਾਬ ਹੋਣ ਵਾਲਾ ਹੋ ਗਿਆ। ਉਹ ਕੋਈ ਨਾ ਬਾਈ ਯਾਰ, ਓਏ ਜ਼ਿੰਦਗੀ 'ਚ ਅਸੀਂ ਵੀ ਰੇਹ ਦਵਾਈ ਵਾਲਿਆਂ ਦੇ ਦੇਣੇ ਨੇ ਗਾਹਾਂ, ਚੱਲ ਸਾਡੇ ਕੋਲ ਕਿਹੜਾ ਪਿੱਛੋਂ ਫੈਕਟਰੀ ਲੱਗੀ ਵੀ ਆ। ਚੱਲ ਕੋਈ ਨਾ ਬਾਈ, ਤੂੰ ਐਤਕੀ ਦੇਖ, ਹੁਣ ਤੂੰ ਥੋੜ੍ਹਾ ਜਿਹਾ ਚਿਰ ਮੇਰਾ ਵੀਰ ਹੋਰ ਹਿਸਾਬ ਰੱਖ, ਜੀਰੀ ਐਤਕੀ ਪੂਰੀ ਵਧੀਆ। ਤੂੰ ਮੈਂ ਤੇਰੇ ਕੋਲੋਂ ਆਹ 2 ਸਪਰੇਹਾਂ ਹੋਰ ਲੈ ਕੇ ਆਉਂ, ਤੇਲੇ ਤੂਲੇ ਵਾਲੀਆਂ, ਫੇਰ ਤੇਰੇ ਪੈਸੇ ਆਪਾਂ ਹਿਸਾਬ ਨੀਲੇ ਕਰ ਉਹ ਦੇਣਾ। ਯਾਰ ਕੁਛ ਮਾੜਾ ਮੋਟਾ ਤਾਂ ਦੇ। ਉਹ ਵੀਰ ਯਾਰ ਜੀਰੀ ਵੱਢਾਂਗੇ, ਦੇਖ ਆੜਤੀ ਦੇ ਜਾਵਾਂਗੇ, ਹਿਸਾਬ ਕਿਤਾਬ ਕਰਾਂਗੇ, ਪੈਸੇ ਆਉਣਗੇ ਜਦੇ ਤੇਰੇ ਨਾਲ ਦੀ ਨਾਲ। ਸਭ ਤੋਂ ਪਹਿਲੀ ਨਿਗਾਹ 'ਚ ਮੇਰੇ ਯਾਰ ਬਾਈ ਤੇਰੇ ਤੂੰ। ਕਿੰਨੀ 1.5 ਸਾਲ ਦੇ ਪੈਸੇ ਖੜੇ ਨੇ, ਤੇਰਾ ਕੰਮ ਆਹੀ ਆ, ਹਰੇਕ ਵਾਰ ਤੂੰ ਐਂ ਕਹੀ ਜਾਂਦਾ ਹੁੰਦਾ ਬਾਈ। ਅੱਗੇ ਹਿਸਾਬ ਕਿਤਾਬ ਦੇਖਦਾ ਤੀ ਬਾਪੂ, ਉਹ ਹਾਂ ਵਿਚਾਰਾ ਅਨਪੜ੍ਹ ਤੀ, ਤੈਨੂੰ ਪਤਾ ਹੁੰਦਾ ਠੱਗੀ ਠੋਰੀ ਨਹੀਂ ਖਾ ਲਿਆ, ਹੁਣ ਤਾਂ ਹੋਰ ਗੱਲ ਹੋ ਗਈ ਯਾਰ ਸਾਡੇ ਨਾਲ ਤਾਂ ਕਮਾਈ ਐਂ ਹੁਣ ਨਹੀਂ ਤੂੰ ਪਤਾ। ਮੈਨੂੰ ਤਰੀਕ ਦੇ ਕੋਈ ਵੀ ਕਦ ਪੈਸੇ ਦੇ ਰਿਹਾ, ਬਸ 1.5 ਮਹੀਨਾ ਰੁਕ ਜਾ ਮੇਰਾ ਵੀਰ। ਇੰਨਾ ਟਾਈਮ ਨਹੀਂ ਯਾਰ ਰੁਕਿਆ ਜਾਣਾ, ਹੱਦ ਹੋ ਗਈ ਉਹੀ ਗੱਲਾਂ। ਉਹ ਕੋਈ ਨਾ ਬਾਈ, ਫਿਰ ਆ ਇੱਕ ਬੈੜੀ ਜੀ ਖੜੀ ਆ, ਇਹ ਵੇਚ ਕੇ ਦੇ ਦਿੰਦੇ ਯਾਰ। ਚੱਲ ਯਾਰ ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰ, ਮੇਰੇ ਪੈਸਿਆਂ ਦਾ ਹੀਲਾ ਕਰ, ਬਸ ਦੁਕਾਨ ਤੇ ਪਹੁੰਚਾ ਪੈਸੇ। ਆ ਚਾਹ ਪਲਾਈਏ ਵੀਰੇ। ਉਹ ਬਸ ਚਾਹ ਜਿਹੜੀ ਪਿਆਉਣਾ ਤੂੰ ਉਹੀ ਬਹੁਤ ਆ, ਪੈਸੇ ਦੇ ਦੇ ਮੇਰੇ, ਚਾਹ ਕਿੰਨੀ ਉਹ ਸਰ ਜਾਊਗਾ। ਉਹ ਕੋਈ ਨਾ ਵੀਰ, ਗੁੱਸਾ ਨਾ ਕਰ, ਤੂੰ ਤਾਂ ਯਾਰ ਐਵੇਂ ਗੁੱਸਾ ਕਰ ਗਿਆ। ਉਹ ਯਾਰ ਗੁੱਸੇ ਵਾਲੀ ਕੀ ਗੱਲ ਹੈ, ਮੈਂ ਵਧੀਆ ਲੱਗਦਾ ਰੋਜ਼ ਰੋਜ਼ ਤੁਹਾਡੇ ਘਰੇ ਆਉਂਦਾ। ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀਰ, ਮੈਂ ਉੱਥੇ ਪਹੁੰਚਾ ਦੂੰ, ਤੂੰ ਆਇਆ ਹੀ ਨਾ ਕਰ। ਉਹ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਤਿ ਸ਼੍ਰੀ ਸਾਹਿਬ। ਅਕਾਲ ਜੀ ਭਾਈ ਸਾਹਿਬ, ਪੈਸੇ ਪੂਸੇ ਦੇ ਦਿਓ, ਆਪਣਾ ਹਿਸਾਬ ਰਹਿੰਦਾ, ਹੁਣ ਤਾਂ ਗਾਂ ਵੀ ਸੂਣ ਵਾਲੀ ਆ। ਉਹ ਹੀ ਗਾਂ ਤਾਂ ਸੂਣ ਵਾਲੀ ਆ ਡਾਕਟਰ ਸਾਹਿਬ, ਕੀ ਦੱਸੀਏ, ਅਸੀਂ ਤਾਂ ਬਸ ਔਖੇ ਕਰੇ ਪਏ ਹਾਂ।
ਉਹ ਗਾਂ ਸੂ ਗਈ, ਦੁੱਧ ਪਾਵਾਂਗੇ, ਦੇ ਦਾਂਗੇ ਕੋਈ ਨਾ ਪੈਸੇ ਤੇਰੇ ਗਵਾਂਢੀਆਂ ਨੂੰ ਵੀ ਕਹਿ ਦਿੰਦੇ, ਉਹ ਤੋਂ ਵੀ ਲੈਣੇ ਨੇ ਆਪਾਂ ਨੇ, ਉਹਨਾਂ ਨੂੰ ਵੀ ਲਾ ਦਾਂਗੇ ਜੀ ਸੁਨੇਹਾ, ਕੋਈ ਨਾ ਜੀ। ਹੋਰ ਜਮਾਂ ਤੁਸੀਂ ਤਾਂ ਦੇਖਦੇ ਨਹੀਂ ਹੈਗੇ। ਉਹ ਕੋਈ ਗੱਲ ਨਹੀਂ, ਦਵਾਂਗੇ ਜੀ। ਚਲੋ ਠੀਕ ਆ। ਹਾਂ ਜੀ ਹਾਂ। ਉਹ ਚੱਲ ਯਾਰ, ਨੱਕੇ ਠੱਕੇ ਦਾ ਨਿਬੜਿਆ ਟਾਈਮ ਨਾਲ, ਨਾਲ ਡੰਗਰਾਂ ਤੋਂ ਵਿਹਲੇ ਹਾਂ, ਅੱਜ ਭੈਣ ਕੋਲ ਜਾ ਕੇ ਆਈਏ, ਰੱਖੜੀ ਬਣਾ ਆਈਏ, ਡੀਕਦੀ ਹੋਊ ਵਿਚਾਰੀ। ਉਹ ਕਿਤੇ ਉਹਦਾ ਹੀ ਤਾਂ ਨਹੀਂ ਫੋਨ ਆ ਗਿਆ। ਓਹੋ, ਉਹਦਾ ਕਾਹਨੂੰ ਆਉਂਦਾ ਵਿਚਾਰੀ ਦਾ, ਇੱਕ ਆ ਹੈਗੀ ਆ ਲਹੂ ਪੀਣੀ ਚੜੇਲ। ਹੈਲੋ। ਉਹ ਹਾਂ ਜਾਨੂ। ਉਹ ਯਾਰ, ਮੈਂ ਤੈਨੂੰ ਕਹਿ ਤਾਂ ਦਿੱਤਾ ਮੈਂ ਕਿੱਥੇ ਆ ਜੂੰਗਾ, ਬਾਪੂ ਘਰੇ ਨਹੀਂ, ਦੇਖ ਹੋਰ ਕੰਮ ਕਾਰ ਕਰਨੇ ਨੇ। ਉਹ ਬੇਬੇ ਬਿਮਾਰ ਪਈ ਆ ਯਾਰ। ਉਹ ਨਹੀਂ ਨਹੀਂ ਛੱਡ ਮੂਵੀ ਨੂੰ ਯਾਰ, ਕਿਸੇ ਫੇਰ ਦਿਨ ਦੇਖਾਂਗੇ, ਨਾਲੇ ਜਾਨੂ ਜਾਵਾਂਗੇ, ਅੱਧੀ ਲੰਘ ਜੂ, ਫਿਰ ਕੀ ਫਾਇਦਾ। ਉਹ ਪੈਸਾ ਵੀ ਤਾਂ ਚਾਹੀਦਾ ਜੇਬ 'ਚ, ਤੈਨੂੰ ਮੇਰਾ ਪਤਾ ਤਾਂ ਹੈਗਾ ਕਿਹੋ ਜਿਹੇ ਦਿਨ ਚੱਲਦੇ ਨੇ। ਉਹ ਨਾਲੇ ਮੈਂ ਤੈਨੂੰ ਦੱਸਾਂ, ਮੈਂ ਭੈਣ ਕੋਲ ਜਾ ਕੇ ਆਉਣਾ, ਉਹ ਰੱਖੜੀ ਬਣਾ ਕੇ ਆਉਣੀ ਆ, ਡੀਕਦੀ ਹੋਊ ਵਿਚਾਰੀ। ਉਹ ਲੈ, ਕਿਹੋ ਜਿਹੀਆਂ ਗੱਲਾਂ ਕਰਦੀਆਂ ਤੂੰ। ਉਹ ਰੱਖੜੀ ਨਾ ਹੁਣ ਮੂਵੀ ਉੱਤੇ ਦੀ ਹੋ ਗਈ, ਉਹ ਭੈਣ ਭਾਈਆਂ ਦਾ ਕੋਈ ਪਿਆਰ ਵੀ ਹੁੰਦਾ। ਉਹ ਮੈਂ ਤੈਨੂੰ ਮਿਲ ਕੇ ਜਾਊਂ, ਚਿੰਤਾ ਨਾ ਕਰ ਤੂੰ। ਉਹ ਕੱਟਤਾ ਯਾਰ, ਇਹ ਵੀ ਬਸ ਹਰ ਟਾਈਮ ਅੱਗ 'ਤੇ ਹੀ ਲਿਟਦੀ ਰਹਿੰਦੀ ਹੈ, ਕੀ ਫਾਇਦਾ ਯਾਰ ਇਹ ਯਾਰੀ ਦੋਸਤੀ ਦਾ, ਜਦ ਇੱਕ ਬੰਦੇ ਦੀ ਗਰਦਨ 'ਤੇ ਤਲਵਾਰ ਧਰ ਕੇ ਰੱਖਣੀ ਹੈ। ਯਾਰ ਉਹ ਚੱਲੀਏ, ਕਰੀਏ ਗੱਡੀ ਸਾਫ਼ ਯਾਰ, ਲੇਟ ਹੋਈ ਜਾਂਦੇ ਹਾਂ। ਉਹ ਬੇਬੇ ਐਂ ਕਰੀ, ਉਹ ਪੈਸੇ ਤਾਂ ਅੱਜ ਘੱਟੇ ਨੇ, ਇੱਥੋਂ ਸੂਟ ਚੱਕ ਲਈ ਕੁੜੀ ਨੂੰ ਦੇਣ ਨੂੰ, ਕੋਈ ਪੇਟੀ 'ਚੋਂ ਕੱਢ ਲੈ, ਪੈਸੇ ਦਾ ਤੇਲ ਤੂਲ ਪਵਾਉਣ ਜੋਗੀ ਨਾ, ਇੱਕ ਅੱਧਾ ਡੱਬਾ ਲੈ ਲਾਂਗੇ। ਆ ਜਾ ਨਾਲੇ ਹਿੰਮਤ ਨਾਲ, ਇੱਕ ਤਾਂ ਤੁਰਦੀ ਨਹੀਂ ਤੂੰ ਛੇਤੀ। ਵਾਹ ਬਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤਾਂ ਠੀਕ ਆ ਨਾ, ਮੁੜ ਕੇ ਬੈਂਕ ਬੁੰਕ 'ਚ ਗੇੜਾ ਮਾਰੇ ਨਹੀਂ ਹੈ? ਉਹ ਗੇੜਾ ਮਾਰਾਂਗੇ ਬਾਈ ਜੀ, ਇੱਕ ਤਾਂ ਤੁਸੀਂ ਸਾਨੂੰ ਇਹ ਬਾਹਲਾ ਯਾਦ ਕਰਦੇ ਹੋ, ਉਹ ਲਿਸਟ 'ਚ ਪਹਿਲਾ ਨਾਂ ਸਾਡਾ ਹੀ ਹੁੰਦਾ। ਉਹ ਸਾਰਿਆਂ ਦਾ ਹੀ ਆ, ਜਿਹਦਾ ਲਿਸਟ 'ਚ ਨਾਂ ਹੁੰਦਾ ਉਹਦੇ ਘਰੇ ਗੇੜਾ ਮਾਰਦੇ ਆ, ਜਿਹੜੇ ਨਹੀਂ ਪੈਸੇ ਭਰਦੇ। ਉਹ ਬਾਕੀ ਆ ਕੇ ਟਾਈਮ 'ਤੇ ਆਪਣੇ ਪੈਸੇ ਭਰ ਜਾਂਦੇ ਨੇ, ਹੁਣ ਅਸੀਂ ਕੀ ਕਰੀਏ ਯਾਰ? ਮੇਰਾ 3 ਸਾਲ ਦਾ ਲੋਨ ਖੜਾ ਤੁਹਾਡੇ ਕੰਨੀ, 3 ਸਾਲ ਦੀ ਤੁਸੀਂ ਇੱਕ ਵੀ ਨਹੀਂ ਕਿਸ਼ਤ ਭਰੀ, ਉੱਪਰੋਂ ਜੁਰਮਾਨੇ ਪੈ ਕੇ ਦੇਖ ਲਾ ਕਿੱਥੇ ਬਾਕੀ ਗੱਲ। ਉਹ ਬੇਬੇ, ਕੱਢਦੇ ਕੱਪੜੇ ਦੇ ਤਾਂ ਤਾਣੀ ਉਲਝ ਗਈ, ਤੂੰ ਪੁਰਾਣੀ ਪਾਲਾ ਰਹਿਣ ਦੇ, ਕੰਮ ਕਾਰ ਕਰ ਲੈ ਕੋਈ। ਚੱਲ ਆਪਾਂ ਬਹਿ ਕੇ ਗੱਲ ਕਰਦੇ ਹਾਂ। ਮੇਰਾ ਕਿੰਨੇ ਸੁਨੇਹੇ ਭੇਜ ਲਏ ਤੁਹਾਨੂੰ, ਦੇਖ ਲਾ। ਉਹ ਬਾਈ ਯਾਰ, ਬੈਠ ਤਾਂ ਸਹੀ ਤੂੰ, ਤੈਨੂੰ ਮੈਂ ਸਮਝਾਉਣਾ ਯਾਰ। ਉਹ ਇੱਕ ਤਾਂ ਝਾੜ ਨਹੀਂ ਜਮਾਂ ਹੀ ਆ ਰਿਹਾ ਫਸਲ ਦਾ, ਉਹ ਡੰਗਰ ਰੱਖੇ ਤੀ, ਇੱਕ ਗਾਂ ਜੀ ਮਰ ਗਈ, ਆ ਦੂਈ ਊਂ ਹੁਣ ਸੂਗੀ, ਹਲੇ 6 ਮਹੀਨੇ ਹੋ ਗਏ ਦੁੱਧ ਮੁੱਲ ਲੈਂਦਿਆਂ ਨੂੰ, ਇੱਕ ਬਿਮਾਰੀ ਨੇ ਤੰਗ ਕਰ ਲਏ। ਉਹ ਬਾਈ ਤੇਰੇ ਦੁੱਖੜੇ ਸੁਣਨੇ ਨਹੀਂ ਮੈਂ ਹੈਗਾ, ਉਹ ਮੈਨੂੰ ਤਾਂ ਉੱਪਰੋਂ ਕਹਿੰਦੇ ਨੇ ਵੀ ਜਾ ਕੇ ਆ ਉਹਨਾਂ ਦੇ, ਹੁਣ ਮੈਂ ਦੱਸ ਕੀ ਕਰਾਂ? ਮੈਂ ਤਾਂ ਆਪ ਯਾਰ ਨੌਕਰ ਬੰਦਾ, ਮੈਨੂੰ ਪਤਾ ਹੈ ਤੁਹਾਡੀ ਕਬੀਲਦਾਰੀ ਦਾ ਵੀ ਕਿਵੇਂ ਚੱਲਦੀ ਆ। ਉਹ ਪਰ ਪੈਸੇ ਤਾਂ ਭਰੋ ਫਿਰ, ਲੋਨ ਕੀ ਕਰਨ ਨੂੰ ਲੈਂਦੇ ਹੁਣ ਜੇ ਭਰਨਾ ਨਹੀਂ ਹੁੰਦਾ? ਉਹ ਬਾਈ ਲੋਨ ਹੁਣ ਤੈਨੂੰ ਕੀ ਦੱਸੀਏ, ਉਹ ਜੱਟ ਤਾਂ ਕਰਜ਼ੇ ਤੋਂ ਬਚਣ ਦਾ ਮਾਰਾ ਹੋਰ ਕਰਜ਼ਾ ਚੜ੍ਹਾਈ ਜਾਂਦਾ, ਉਹ ਆੜ੍ਹਤੀ ਦੇ ਪੈਸੇ ਦੇਣ ਦੀ ਉਹ ਤੰਗ ਕਰਦਾ ਦੀ ਲੋਨ ਕਰਾ ਲਿਆ, ਉੱਤੋਂ ਇਹ ਗਲਦੀ ਸੰਗੀ ਨੱਪ ਕੇ ਖੜ ਗਿਆ ਲੋਨ। ਆ ਦੇਖ ਲਾ ਤੇਰਾ ਕਿਸ਼ਤਾਂ ਦਾ 1,20,000 ਰੁਪਇਆ ਖੜਾ ਮੇਰਾ, ਹੁਣ ਮੈਂ ਦੱਸ ਕੀ ਕਰਾਂ? ਉਹ ਕੋਈ ਨਾ ਬਾਈ, ਭਰ ਦਿੰਦਾ ਯਾਰ ਤੂੰ, ਐਤਕੀ ਪੱਕੇ ਭਰਾਂਗੇ, ਜੀਰੀ ਵੱਢ ਲਈਏ, ਕਿਹੜਾ ਜੀਰੀ ਵਧੀਆ ਹੋ ਜਾਵੇ ਰੱਬ ਦੀ ਕਿਰਪਾ ਨਾਲ। ਮੇਰਾ 4th ਗੇੜਾ, ਉਹ ਪਿਛਲੀ ਵਾਰ ਤੇਰਾ ਬਾਪੂ ਮੇਰਾ ਪੈਰਾਂ 'ਚ ਸਫਾਈ ਧਰਨ ਲੱਗ ਗਿਆ, ਮੈਨੂੰ ਤਾਂ ਮੁੜਨਾ ਪੈ ਗਿਆ। ਉਹ ਬਾਈ ਐਤਕੀ ਨਹੀਂ ਯਾਰ ਮੈਂ ਮੁੜਦਾ ਹੈਗਾ, ਦੇਖ ਲਾ, ਨਹੀਂ ਤਾਂ ਪੈਸੇ ਦੇ ਨਹੀਂ, ਮੈਂ ਆਹ ਬੈਠਾ ਯਾਰ, ਮੈਨੂੰ ਤਾਂ ਆਪ ਉੱਪਰੋਂ ਤੰਗ ਕਰਦੇ ਨੇ। ਉਹ ਬਾਈ ਐਂ ਕਰ ਤੂੰ, ਮੇਰਾ ਗਿਆ ਵਾ ਬਾਪੂ, ਤੂੰ 4 ਦਿਨ ਉਰੀ ਰਹਿ ਸਾਡੇ ਨਾਲੇ, ਮੇਰੇ ਨਾਲ ਕੰਮ ਧੰਦਾ ਕਰਾ ਦਿਆ ਕਰੀ।
ਉਹ ਬਾਈ ਯਾਰ ਇਹ ਗੱਲਾਂ ਬਾਅਦ ਚ ਕਰੀ, ਤੂੰ ਮੈਨੂੰ ਪੈਸੇ ਲਿਆ ਕੇ ਦੇ ਜਾ ਪਹਿਲਾਂ। ਉਹ ਪੈਸੇ ਵੀਰ ਕਿੱਥੋਂ ਦੇ ਦੀਏ, ਉਹ ਕੁੜੀ ਕੋਲ ਜਾਣਾ ਰੱਖੜੀ ਬਣਾਉਣਾ, ਗੱਡੀ ਜੀ ਤੇ ਤਾਂ ਕੱਪੜਾ ਮਾਰ ਲੱਗਿਆ ਸੀ, ਭਰਿੰਡਾਂ ਲੱਗੀਆਂ ਪਈਆਂ ਨੇ, ਕਦੇ ਅੰਦਰੋਂ ਨਹੀਂ ਕੱਢੀ। ਬੇਬੇ ਨੂੰ ਕਿਹਾ ਮਹਾਂ ਪੇਟੀ ਚੋਂ ਸੂਟ ਕੱਢ ਲਾ, ਕੁੜੀ ਨੂੰ ਸੂਟ ਦੇ ਆਈ, ਬਸ ਪੈਸੇ ਤਾਂ ਹੈ ਨਹੀਂ। ਆਹੋ ਰਿਸ਼ਤੇਦਾਰਾਂ 'ਚ ਜਾਣ ਨੂੰ ਤਾਂ ਤੁਹਾਡੇ ਕੋਲ ਪੈਸੇ ਆ ਜਾਂਦੇ ਨੇ, ਬੈਂਕੇ ਭਰਨ ਨੂੰ ਪੈਸੇ ਨਹੀਂ ਹੈਗੇ। ਬਾਈ ਤੂੰ ਸਿੱਧੇ ਪੈਸੇ ਦੇ, ਨਹੀਂ ਮੈਨੂੰ ਯਾਰ ਕੋਈ ਚੀਜ਼ ਦੇ, ਮੈਂ ਰੋਜ਼ ਰੋਜ਼ ਆਉਂਦਾ ਨਹੀਂ ਚੰਗਾ ਲੱਗਦਾ। ਉਹ ਆ ਕਿਹੜਾ ਆ ਗਿਆ ਹੋਣਾ, ਓਹੋ ਉਹ ਲੈ ਬਾਈ ਆ ਗਿਆ ਮਾਮੇ ਦਾ ਮੁੰਡਾ ਮੇਰੇ ਦਾ, ਲੈ ਦੱਸ। ਇਹ ਤਾਂ ਸਾਡਾ ਤਾਂ ਬਾਈ ਮਿਲਣ ਸਾਰੇ ਕੰਮ ਬਹੁਤ ਆਇਆ। ਹੋਰ ਕੀ ਹਾਲ ਆ ਵੀਰੇ? ਵਧੀਆ ਵੀਰੇ ਵਧੀਆ। ਬੈਠੋ ਤੁਸੀਂ, ਮੈਂ ਪਾਣੀ ਪੂਣੀ ਲਿਆਉਣਾ ਤੁਹਾਡੇ ਦੋਹਾਂ ਵਾਸਤੇ। ਬਾਈ ਤੂੰ ਕਿਵੇਂ ਆਇਆ ਸੀ ਉਰੇ? ਉਹ ਬਾਈ ਮੈਂ ਤਾਂ ਬੈਂਕ ਵਾਲਾ ਹੈ, ਲੋਨ ਲਏ ਨੂੰ 3 ਸਾਲ ਹੋ ਗਏ, ਪਤੰਦਰਾਂ ਨੇ ਇੱਕ ਨਹੀਂ ਕਿਸ਼ਤ ਭਰੀ ਹੈਗੀ, 1,20,000 ਰੁਪਇਆ ਖੜਾ ਵਿਆਜ ਪੈ ਪੈ ਕੇ ਉੱਪਰ। ਆਹੋ ਇਸੇ ਕੰਮ ਨੂੰ ਤਾਂ ਬਾਈ ਮੈਂ ਆਇਆ। ਅੱਛਾ, ਹੋਰ ਮੈਂ ਵੀ ਇਹਨਾਂ ਤੋਂ 1,00,000 ਲੈਣਾ ਯਾਰ, ਉਹ ਫੁੱਫੜ ਹਟਿਆ ਨਹੀਂ ਹੈਗਾ ਵੀ ਦੇ ਦੇ ਚੱਲ ਕੰਮ ਸਾਰ ਦੇ, ਮੈਂ 1,00,000 ਦੇਤਾ। ਉਹ ਬਾਈ ਮੈਂ ਥੋਤੋਂ ਕੀ ਲੈਣਾ ਯਾਰ, ਤੁਹਾਡੇ ਰਿਸ਼ਤੇਦਾਰੀ 'ਚ ਆਪਸ 'ਚ ਕਿਵੇਂ ਮਰਜ਼ੀ ਆ, ਮੈਨੂੰ ਤਾਂ ਦੇਣ ਨਾ। ਮੈਂ ਤਾਂ ਬੈਂਕ 'ਚ ਜਾ ਕੇ ਉੱਥੇ ਯਾਰ ਅਗਲੇ ਬੈਂਕ, ਮੈਂ ਵੀ ਇੱਕ ਨੌਕਰ ਬੰਦਾ ਠੀਕ ਆ ਨਾ, ਮੈਨੂੰ ਵੀ ਉੱਪਰੋਂ ਤੰਗ ਕਰਦੇ ਨੇ, ਨਹੀਂ ਮੇਰੀ ਤਨਖਾਹ ਨਹੀਂ ਦਿੰਦੇ ਹੈਗੇ। ਓਹੋ ਬਾਈ ਲਓ ਪਾਣੀ ਪੀਓ ਤੁਸੀਂ, ਉਹ ਤੁਸੀਂ ਜਾਣ ਪਛਾਣ ਦਿਓ ਗੱਲੀ ਲੱਗ ਗਏ ਪਤੰਦਰੋ। ਬਾਈ ਕਰ ਮੇਰਾ ਹਿੱਲਾ ਯਾਰ, ਮੈਂ ਹੋਰ ਤੇ ਵੀ ਜਾਣਾ ਹੈ। ਉਹ ਬਾਈ ਰਿਸ਼ਤੇਦਾਰ ਆਏ ਵੀ ਨੇ ਨਾ ਸਾਹਮਣੇ, ਕਾਹਨੂੰ ਤੂੰ ਪੜਦੇ ਫਰੋਲਦਾ ਹੈ, ਪੂਰਾ ਇੱਜ਼ਤ ਹੁੰਦੀ ਆ ਯਾਰ। ਬਾਈ ਮੈਂ ਤੇਰੇ ਰਿਸ਼ਤੇਦਾਰਾਂ ਤੋਂ ਕੀ ਲੈਣਾ ਯਾਰ, ਤੂੰ ਮੈਨੂੰ ਪੈਸੇ ਦੇ, ਮੈਂ ਜਾਵਾਂ, ਮੈਂ ਹੋਰ ਤੇ ਵੀ 20 ਦੇ ਜਾਣਾ, ਦੇਖ ਲਾ ਲਿਸਟ 'ਚ ਕਿੰਨੇ ਇਹਨਾਂ ਨੇ, ਪਹਿਲਾਂ 3-4 ਤੁਹਾਡੇ ਪਿੰਡ ਦੇ ਹੀ ਨੇ ਡਿਫਾਲਟਰ। ਉਹ ਬਾਈ ਹੁਣ ਇਹ ਕਾਹਦੇ ਪੈਸੇ ਮੰਗਦਾ ਇਹ? ਉਹ ਯਾਰ ਲੋਨ ਜਾ ਕਰਾ ਲਿਆ ਤੀ, ਬਾਪੂ ਨੇ ਸਾਤੋਂ ਭਰਿਆ ਨਹੀਂ ਗਿਆ, ਝਾੜ ਘੱਟ ਨਿਕਲਿਆ ਤੈਨੂੰ ਪਤਾ ਹੀ ਆ ਹੁਣ। ਅੱਛਾ ਅੱਛਾ ਠੀਕ ਆ। ਉਹ ਬਾਈ ਕੋਈ ਹੱਲ ਨਹੀਂ ਇਹਦਾ, ਹੋ ਸਕਦਾ ਕਿਸੇ ਤੋਂ ਕਹਿ ਕਹਾ ਕੇ ਕਰਾ ਦਈਏ ਜੇ ਆਪਾਂ। ਉਹ ਬਾਈ ਜਿਹੜਾ ਸਾਡੀ ਬੈਂਕ 'ਚ ਖਾਤਾ ਹੈ ਜਿਹਦਾ, ਉਹਦੀ ਇੱਥੇ ਗਵਾਹੀ ਪਵਾ ਦੇ, ਮੈਂ ਮੁੜ ਜਾਂਦਾ। ਉਹ ਲੈ ਆ ਗਿਆ ਵੀਰੇ ਕੰਮ ਲੋਟ, ਬਾਈ ਦਾ ਹੀ ਖਾਤਾ ਹੈ ਤੁਹਾਡੀ ਬੈਂਕ 'ਚ, ਇਹਦੀ ਗਵਾਹੀ ਪਵਾ ਲੈ। ਮਾਮੇ ਦਾ ਮੁੰਡਾ ਆਪਣੇ ਦਾ। ਬਾਈ ਤੇਰਾ? ਬਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਕਿਹੜਾ ਪਿੰਡ ਆ? ਮਟੋੜਾ। ਉਹ ਬਾਈ ਡਰਦਾ ਕਾਹਨੂੰ, ਇੰਨਾ ਸੋਚ ਕੇ ਨਾ ਦੱਸਿਆ ਤੂੰ ਪਾ ਦੇ ਗਵਾਹੀ ਯਾਰ, ਸੋਚ ਸੋਚ ਕੇ ਨਾ ਦੱਸਣ ਲੱਗ ਗਿਆ। ਬਾਈ ਮੈਂ ਐਂ ਕਰ ਗੂਠਾ ਲਾ ਇੱਥੇ, ਮੈਂ ਜਾਵਾਂ। ਉਹ ਪਹਿਲਾਂ ਸਾਇਨ ਕੀ ਹੋ ਗਿਆ? ਅੱਛਾ ਚੱਲ ਚੱਲ ਕੋਈ ਨਾ, ਮੈਂ ਆ ਰਿਹਾ। ਠੀਕ ਆ ਠੀਕ ਆ। ਉਹ ਬਾਈ ਵਾ ਬਾਈ ਗੂਠਾ ਚੰਗਾ ਬਾਈ, ਮੈਨੂੰ ਕੰਮ ਹੋ ਗਿਆ ਮੜਾ ਜਾ, ਮੈਂ ਆਉਣਾ ਬਸ। ਉਹ ਮੜੇ ਸਾਇਨ ਜੇ ਤਾਂ ਕਰਜਾ, ਉਹ ਸਾਇਨ ਉਹ ਵੀਰ ਬਣ ਕੇ ਉਹ ਮਾਮੇ ਨੂੰ ਮੈਂ ਕਹਿ ਦਿੰਦਾ ਜੇ ਕੋਈ ਕੰਮ ਹੈ ਫੇਰ ਕਰ ਲਈ ਜਾ ਕੇ। ਉਹ ਯਾਰ ਇਹ ਤਾਂ ਹੁਣ ਤੈਨੂੰ ਪਤਾ ਹੀ ਆ, ਫੋਨ ਆ ਗਿਆ ਇਹਨੂੰ, ਮੈਂ ਕਿਸੇ ਹੋਰ ਬੰਦੇ ਦੀ ਗਵਾਹੀ ਪਵਾ ਦਿੰਦਾ। ਫੋਨ ਕਾਹਨੂੰ ਆ ਗਿਆ? ਉਹ ਕੋਈ ਨਹੀਂ ਗਵਾਹੀ ਗਵੂਹੀ ਪਾਉਂਦਾ, ਉਹਨੂੰ ਆਇਆ ਵੀ ਮੈਨੂੰ ਭਰਨੇ ਪੈ ਜਾਣਗੇ। ਉਹ ਤੂੰ ਲੈ ਪਾ ਯਾਰ ਮੈਨੂੰ ਪੈਸੇ ਦੇ, ਮੈਂ ਜਾਵਾਂ ਛੇਤੀ। ਵੀਰੇ ਪੈਸੇ ਤਾਂ ਹੈ ਨਹੀਂ ਯਾਰ, ਅਸੀਂ ਤਾਂ ਕੁੜੀ ਕੋਲ ਨੂੰ ਜਾਂਦੇ ਤੇ ਉਹੀ 300 ਰੁਪਈਆ ਜੇਬ 'ਚ ਜੇ ਤੇਲ ਪਵਾ ਲਾਂਗੇ ਗੱਡੀ 'ਚ। ਗੱਡੀ ਤਾਂ ਕੋਈ ਨਾ, ਤੇਲ ਮੈਂ ਆਪੇ ਪਵਾ ਲੂੰ, ਤੇਰੀ ਗੱਡੀ ਓ ਲੈ ਕੇ ਜਾਣਾ ਮੈਂ। ਉਹ ਬਾਈ ਉਹ ਕਾਹਨੂੰ ਯਾਰ ਗੱਡੀ ਨਾ ਲਿਜਾਈ, ਉਹ ਮੇਰਾ ਭਾਈ ਨਹੀਂ ਤੂੰ? ਉਹ ਇਹ ਤਾਂ ਮੈਂ ਯਾਰ ਪੂੰਜੀ ਖੜਾ ਤੀ, ਮੈਂ ਜਾਣਿਆ ਕੁੜੀ ਕੋਲ ਨੂੰ, ਉਹ ਵਿਚਾਰੀ ਡੀਕਦੀ ਆ ਵੀਰੇ। ਬਾਈ ਤੂੰ ਪੈਸੇ ਲੈ, ਐਂ ਕਰੀ ਗੱਡੀ ਨੂੰ ਤੈਨੂੰ ਕਿਧਰੇ ਨਹੀਂ ਖਾਂਦੇ, ਉੱਥੇ ਖੜਾ ਦਾਂਗੇ, ਐਂ ਸ਼ੋਰੂਮ 'ਚ ਲਾ ਕੇ ਖੜਾਵਾਂਗੇ, ਆਪਣਾ ਗੱਡੀ ਲੈ ਆਪ ਲਿਆਈ, ਪੈਸੇ ਦੇ ਜੀ ਠੀਕ ਆ। ਉਹ ਐਂ ਕਾਹਤੇ ਕਰਦਾ ਵੀਰੇ? ਉਹ ਨਾ ਵੀਰੇ ਐਂ ਨਾ ਕਰੇ ਯਾਰ। ਉਹ ਨਹੀਂ ਬਾਈ ਯਾਰ, ਉਹ ਵੀਰੇ ਉਹ ਯਾਰ 4 ਬੰਦੇ ਦੇਖਣਗੇ ਉਹ ਪਿੰਡ ਦੇ ਯਾਰ, ਜਾਂ ਤੂੰ ਗੱਡੀ ਲਿਜਾਏਂਗਾ। ਜਾਂ ਲੋਨ ਲੈਣੇ ਹੁਣ ਜਾਣੀ ਤੁਹਾਨੂੰ ਦੀਦਾ ਹੁੰਦਾ ਵੀ ਬੰਦੇ ਦੇਖਣਗੇ, ਜਦ ਤਾਂ ਚੁੱਪ ਕਰਕੇ ਲੈ ਕੇ ਆਪਣਾ ਕੰਮ ਲੱਗਦੇ ਹੋ। ਉਹ ਐਂ ਕਰ, ਮੈਂ ਉੱਥੇ ਤੁਹਾਡੀ ਬੈਂਕ 'ਚ ਆਪੇ ਗੱਡੀ ਛੱਡੇ, ਉਹ ਓਲੇ ਜੇ 'ਚ ਖੜਾ ਲਿਓ ਕੱਪੜਾ ਪਾ ਕੇ ਮੇਰਾ ਵੀਰ, ਮੈਂ ਛੱਡੇ ਆਪੇ। ਉਹ ਬਾਈ ਤੈਨੂੰ ਪਿਛਲੀ ਵਾਰ ਵੀ ਤੁਸੀਂ 2-3 ਗੇ ਲਾਈ ਕਰਿਆ, ਤੂੰ ਪਰਾਂ ਹੋ ਮੈਨੂੰ ਲਿਜਾਣ 'ਤੇ ਗੱਡੀ। ਬੇਬੇ
ਬੇਬੇ ਕਿੱਥੇ ਆਇਆ? ਉਹ ਸਮਝਾ ਦੇ ਇਹਨੂੰ ਕੁਛ। ਉਹ ਵੀਰੇ ਐਂ ਨਾ, ਉਹ ਐਂ ਨਾ ਕਰ, ਮੇਰਾ ਭਾਈ ਨੀ ਤੂੰ ਯਾਰ। ਉਹ ਬਾਈ ਯਾਰ, ਮੈਨੂੰ ਉੱਥੇ ਮੇਰੇ ਮਾਲਕ ਮੈਨੂੰ ਗਾਲਾਂ ਕੱਢਦੇ ਨੇ ਵੀ ਤੂੰ ਪੈਸੇ ਨਹੀਂ ਲੈ ਕੇ ਆਉਂਦਾ। ਉਹ ਬਾਈ ਯਾਰ, ਗੱਡੀ ਤਾਂ ਨਾ ਲਿਜਾ ਤੂੰ। ਉਹ ਬੇਬੇ ਆ ਜਾ, ਇਹਨੂੰ ਸਮਝਾ ਦੇ, ਤੇਰੇ ਪੁੱਤਾਂ ਵਰਗਾ ਕਿੱਥੇ ਤੂੰ। ਉਹ ਬਾਈ ਹੁਣ ਨਹੀਂ ਮੈਂ ਕੋਈ ਵੀ ਤੁਹਾਡੀ ਗੱਲ ਸਮਝਦਾ ਹੈਗਾ। ਮੈਂ ਆਪਣਾ ਗੱਡੀ ਲੈ ਕੇ, ਤਾਂ ਹੀ ਮੈਂ ਅੱਜ ਬੱਸ ਚੜ੍ਹ ਕੇ ਆਇਆ ਸੀ। ਮੈਨੂੰ ਪਤਾ ਸੀ ਵੀ ਕੋਈ ਨਾ ਕੋਈ ਤਾਂ ਸੰਦ ਮੈਨੂੰ ਲੈ ਕੇ ਆਉਣਾ ਪਊਗਾ ਉਹਨਾਂ ਦਾ। ਉਹ ਕੋਈ ਨਾ ਵੀਰੇ, ਉਹ ਨਾ ਲਿਜਾ ਤੂੰ ਯਾਰ, ਪੈਰੀ ਹੱਥ ਲਵਾ ਲੈ। ਉਹ ਬਾਈ ਤੂੰ ਜਾ ਯਾਰ, ਪਰੇ ਜਾ ਤੂੰ। ਓਏ ਐਂ ਕਾਹਨੂੰ ਕਰਦਾ ਯਾਰ ਤੂੰ? ਉਹ ਵੀਰੇ, ਓਏ ਨਾ ਬਾਈ, ਤੂੰ ਯਾਰ ਪਰਾ ਹੋਇਆ। ਭਾਈ ਨਹੀਂ ਉਹ ਮੇਰਾ ਤੂੰ। ਉਹ ਬਾਈ ਤੂੰ ਉਹ ਪਰਾ ਮਾਰ ਯਾਰ। ਉਹ ਵੀਰੇ, ਉਹ ਨਾ ਵੀਰੇ, ਓਏ ਓਏ ਗੱਡੀ ਨਾ ਲਿਜਾ ਯਾਰ। ਉਹ ਮੇਰਾ ਭਾਈ ਨਹੀਂ ਤੂੰ। ਉਹ ਬੇਬੇ ਲੈ ਗਏ ਓਏ ਆਪਣੀ ਗੱਡੀ ਯਾਰ। ਕਹੀ ਜੀ ਜੂਨ ਆ ਉਹ ਜੱਟ ਦੀ। ਉਹ ਬਾਪੂ ਆ ਜਾ ਤੂੰ ਮੁੜਿਆ, ਹੁਣ ਤੂੰ ਇੱਥੇ ਨੈਣਾ ਦੇ ਵੀ ਉਹ ਜੀ ਲਾ ਕੇ ਬਹਿ ਗਿਆ ਯਾਰ। ਉਹਦੇ ਤਾਂ ਕੰਮ ਪੁੱਠਾ ਹੋ ਗਿਆ, ਤੂੰ ਫਿਰ ਇਹਨਾਂ ਸੁੱਖਾਂ ਸੁੱਖਾਂ ਦਾ ਵੀ ਸਾਡਾ ਕੰਮ ਲੋਟ ਆ ਜੇ। ਉਹ ਗੱਡੀ ਲੈ ਗਏ ਓਏ, ਹੁਣ ਕੀ ਇੱਜ਼ਤ ਰਹੂਗੀ ਮੇਰੀ ਪਿੰਡ 'ਚ।